ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਕਲਾਂ ਵਿਖੇ ਪਿੰਡ ਦੇ ਸਰਪੰਚ ਅਤੇ ਮੌਤਬਰ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਮੇਟ ਵੱਲੋਂ ਮਨਰੇਗਾ ਵਿੱਚ ਘਪਲਾ ਕਰਨ ਦੇ ਅਤੇ ਬਿਨਾਂ ਮਨਜ਼ੂਰੀ ਤੋਂ ਪੱਕੇ ਰਸਤੇ ਪੁੱਟਣ ਦੇ ਦੋਸ਼ ਲਗਾਏ ਗਏ। ਮੇਟ ਤੇ ਮਨਰੇਗਾ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਪਾ ਕੇ ਪੈਸੇ ਵਸੂਲਣ ਦੇ ਦੋਸ਼ ਲੱਗ ਰਹੇ ਨੇ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੰਚ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਪਿੰਡ ਦੇ ਮੇਟ ਵੱਲੋਂ ਮਨਰੇਗਾ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਜਾਇਜ਼ ਹਾਜ਼ਰੀਆਂ ਲਗਾ ਕੇ ਸਰਕਾਰ ਨੂੰ ਚੂਨਾ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੀ ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੇਟ ਵੱਲੋਂ ਬਿਨਾਂ ਪੰਚਾਇਤ ਦੀ ਮਨਜ਼ੂਰੀ ਬਿਨਾਂ ਮਤੇ ਤੋਂ ਬੀਹੀ ਪੱਟ ਦਿੱਤੀ ਗਈ ਹੈ, ਜੋ ਬਿਲਕੁਲ ਗਲਤ ਹੈ। ਉਹਨਾਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਮੌਤਬਰ ਵਿਅਕਤੀਆਂ ਨੇ ਕਿਹਾ ਕਿ ਅਸੀਂ RTI ਰਾਹੀਂ ਜਾਣਕਾਰੀ ਲਈ ਸੀ ਕਿ ਪਿੰਡ ਦੇ ਮੇਟ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਮਨਰੇਗਾ ਵਿੱਚ ਗਲਤ ਤਰੀਕੇ ਨਾਲ ਨਾਮ ਦਰਜ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਮਨਰੇਗਾ ਵਿੱਚ 1 ਸਾਲ ਵਿੱਚ 100 ਦਿਨ ਦੇ ਕਰੀਬ ਕੰਮ ਦੇਣਾ ਹੁੰਦਾ ਹੈ, ਪਰ ਇਸ ਮੇਟ ਨੇ ਆਪਣੇ ਪਰਿਵਾਰ ਦੀਆਂ ਕਰੀਬ 300 ਦਿਨਾਂ ਦੀਆਂ ਹਾਜ਼ਰੀਆਂ ਲਗਾ ਦਿੱਤੀਆਂ ਨੇ। ਇਸ ਮਾਮਲੇ ਦੀ BDO ਦਫ਼ਤਰ ਵਿੱਚ ਵੀ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਾ ਹੋਈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਵੀ ਇਸ ਵਿੱਚ ਮਿਲੀ ਭੁਗਤ ਜਾਪਦੀ ਹੈ। ਇਸ ਸੰਬੰਧੀ ਜਦੋਂ ਮੇਟ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ, ਅਤੇ ਜਦੋਂ ADC ਵਿਕਾਸ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਮੇਟ ਸੰਬੰਧੀ ਮੇਰੇ ਕੋਲ ਦਰਖਾਸਤ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਕੁਛ ਧਿਆਨ ਵਿੱਚ ਤਾਂ ਹੈਗਾ ਵੀ ਇਹ ਹੋਈ ਹੈ ਗੜਬੜ। ਪਹਿਲੀ ਪੰਚਾਇਤ ਦੇ ਵਿੱਚ ਵੀ ਹਾਜ਼ਰੀਆਂ ਨਜਾਇਜ਼ ਲਗਾਈਆਂ ਗਈਆਂ, ਨਰੇਗਾ ਦੇ ਵਿੱਚ ਉਹਨੇ ਪਰਿਵਾਰ ਦੀਆਂ ਹਾਜ਼ਰੀਆਂ ਲਗਾਈਆਂ ਗਈਆਂ। ਕੁਛ ਕੁ ਹੈਗਾ ਧਿਆਨ 'ਚ, ਪਰ ਇਹ ਨਹੀਂ ਪਤਾ ਵੀ ਕਿੰਨਾ ਕੁ ਇਹ ਕੰਮ ਹੋਇਆ। ਇਹ ਮੰਗ ਤਾਂ ਫਿਰ ਇਹੀ ਹੈ, ਜੋ ਗਲਤ ਕੰਮ ਕਰੇ ਉਹਦੀ ਤਹਿਕੀਕਾਤ ਤਾਂ ਹੋਣੀ ਚਾਹੀਦੀ ਹੈ। ਗਲਤ ਕੰਮ ਦਾ ਗਲਤ ਕੰਮ ਵੀ ਪਤਾ ਲੱਗਣਾ ਚਾਹੀਦਾ, ਕੋਈ ਇਹੋ ਜਿਹਾ ਗਲਤ ਕੰਮ ਨਾ ਹੋਵੇ। ਅਤੇ ਗਲਤ ਕੰਮ ਦਾ ਗਲਤ ਕੰਮ ਇਹ ਹੈ, ਕੋਈ ਨਹੀਂ, ਅਸੀਂ ਕੋਈ ਮਤਾ ਨਹੀਂ ਪਾਇਆ ਇਹ ਗਲੀ ਦਾ, ਇਹ ਬਿਨਾਂ ਮਨਜ਼ੂਰੀ ਤੋਂ ਸਾਡੀ ਦੇਖ ਰੇਖ ਤੋਂ ਬਿਨਾਂ ਹੀ ਪੱਟੀ ਗਈ ਹੈ। ਸਾਨੂੰ ਕੁਛ ਜ਼ਿਆਦਾ ਪੁੱਛ ਨਹੀਂ ਰਹੇ, ਨਾ ਸਾਡੇ ਨਾਲ ਕੋਈ ਗੱਲਬਾਤ ਕਰਦੇ ਹੈ, ਅਤੇ ਬਿਨਾਂ ਪੰਚਾਇਤ ਤੋਂ ਤਾਂ ਨਹੀਂ ਚੱਲ ਸਕਦੇ, ਕਿਉਂਕਿ ਪੰਚਾਇਤ ਨੇ ਰੱਖਿਆ ਹੋਇਆ ਨਾ ਮੇਟ ਇਹ ਜੋ ਕੰਮ ਕਰਦਾ ਪੰਚਾਇਤ, ਨਹੀਂ ਸਾਨੂੰ ਕੋਈ ਇੰਨਾ ਪੁੱਛਦੇ ਨਹੀਂ ਹੈਗੇ ਜੀ ਕੋਈ ਗੱਲਬਾਤ। ਇਹ 80% ਸਾਡੇ ਧਿਆਨ 'ਚ ਹੈਗਾ, ਅਤੇ ਬਾਕੀ ਹੁਣ ਇੰਨਾ ਥੋੜ੍ਹਾ ਬਹੁਤਾ ਕੁਛ ਉੱਥੇ ਵੀ ਪੜਦਾ ਪਾਉਂਦੇ ਹਾਂ ਦਫ਼ਤਰ ਵਾਲੇ ਵੀ, ਕਿ ਉਹਦੀ ਮਿਲੀ ਭੁਗਤ ਮਾੜੀ ਮੋਟੀ ਹੋਊਗੀ। ਉਹ ਅਸੀਂ ਆਪ ਗ੍ਰਾਮ ਪੰਚਾਇਤ ਅਸੀਂ ਦੇਖੇ ਹਾਂ, ਇਹਦੇ ਬਾਰੇ ਵੀ ਬਦਲਿਆ ਹੋਣਾ ਚਾਹੀਦਾ। ਅੱਛਾ, ਹਾਂ, ਲੈਟਰ ਪੈਡ 'ਤੇ ਸਾਈਨ ਅੰਗੂਠੇ ਕਰਕੇ ਦੇਖੇ ਹਾਂ ਅਸੀਂ, ਉਹ ਸਾਡੇ ਨੌਲੇਜ 'ਚ ਬਿਲਕੁਲ ਨਹੀਂ ਸੀ, ਨਾ ਸਾਡੀ ਕੋਈ ਕਾਰਵਾਈ, ਨਾ ਕੋਈ ਮਤਾ, ਨਾ ਕੋਈ ਮਹਿਕਮੇ ਵੱਲੋਂ ਜਾ ਕੇ ਆਪਣੇ ਹੀ ਪਰਿਵਾਰ ਦੇ ਦਰਾਂ ਦੇ ਅੱਗੇ ਜਾ ਕੇ ਬੀਜ ਪਟਾਈ ਹੈ। ਬਿਲਕੁਲ ਕੋਈ ਕਾਰਵਾਈ ਹੋ ਨਹੀਂ, ਹਲੇ ਜਿਹੜੀਆਂ ਬੀਜਾਂ ਦਾ ਕੰਮ ਚੱਲ ਰਿਹਾ ਉਹੀ ਨਹੀਂ ਪੂਰਾ ਹੋ ਰਿਹਾ ਜੀ। ਬਿਲਕੁਲ ਨਹੀਂ ਜੀ, ਉਹ ਤਾਂ ਇੱਕ ਮੁਲਾਜ਼ਮ ਹੈ ਸਾਡਾ। ਇਹਨੇ ਹਾਲ ਤੱਕ ਤਾਂ ਸਾਨੂੰ ਜੀ ਦੇਖੋ ਕੱਦੀ ਪੰਚਾਇਤ ਬਣੀ 2-2.5 ਮਹੀਨੇ ਹੋ ਗਏ, ਹਾਲ ਤੱਕ ਇੱਕ ਵਾਰ ਵੀ ਸਾਡੇ ਕੋਲ ਕੋਈ ਆ ਕੇ ਇਹਨੇ ਕੋਈ ਸਲਾਹ ਮਸ਼ਵਰਾ ਨਹੀਂ ਕਰਿਆ, ਸਾਨੂੰ ਪੁੱਛਿਆ ਨਹੀਂ, ਅਤੇ ਨਾ ਕੋਈ ਇਸ ਬਾਰੇ ਕੋਈ ਸਾਡੇ ਤੋਂ ਕੋਈ ਮੋਹਰ ਵਗੈਰਾ ਸਾਈਨ ਕੁਛ ਨਹੀਂ ਕਰਾਇਆ ਨੇ, ਆਪਣੀ ਮਰਜ਼ੀ ਨਾਲ ਕਰਦੇ ਜੋ। ਇਹ ਤਾਂ ਸਾਨੂੰ ਤਾਂ ਪਬਲਿਕ ਤੋਂ ਪਤਾ ਲੱਗਿਆ ਵੀ ਉਹ ਗਲੀ ਪਟਾ ਰਹੇ ਹੈ। ਮਾਮਲਾ ਇਹ ਆਇਆ ਜੀ ਵੀ ਇਹ ਜਿਹੜਾ ਸਾਡੇ ਉਰੇ ਮੇਟ ਆ ਜੀ ਗੁਰਬਚਨ ਸਿੰਘ, ਇਹ ਬਹੁਤ ਆਪਣੇ ਮਤਲਬ ਨਰੇਗਾ ਅਤੇ ਆਪਣੇ ਘਰ ਦੇ ਕਾਰੋਬਾਰ ਵੀ ਕਰਾ ਰਿਹਾ ਕੰਮ, ਆਪਣੇ ਜਨਾਨੀ ਦਾ, ਆਪਣੀਆਂ ਬੇਟੀਆਂ ਦਾ, ਆਪਣੀ ਭੈਣ ਦਾ, ਭਾਈ ਦਾ, ਉਹਨਾਂ ਦੇ ਨਾਮ ਪਾ ਕੇ ਪੈਸੇ ਹੜੱਪ ਰਿਹਾ। ਅਸੀਂ ਹਾਂਜੀ, ਉਹ ਅਸੀਂ ਮੇਰੇ ਬੇਟੇ ਨੇ ਦਰਖਾਸਤ ਇੱਥੇ ਪਹਿਲਾਂ BDO ਸਾਹਿਬ ਦੇ ਦਿੱਤੀ, ਉਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ। ਅਸੀਂ ਉੱਥੋਂ ਇਹ ਰਿਕਾਰਡ ਵੀ ਕਢਾ ਲਿਆ ਸਾਰਾ, ਉਹਦੇ ਵਿੱਚ ਇਹਨਾਂ ਦੇ ਮਿਲੀ ਭੁਗਤ ਲੱਗਦੀ ਹੈ ਵੀ ਸਾਰੀ, ਕਿਉਂ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ, ਉੱਪਰੋਂ ਕੋਈ ਅਫਸਰ ਇਹਨਾਂ ਦਾ ਆਉਂਦਾ ਹੈ, ਇਹਨਾਂ ਨੇ ਕਦੇ ਚੈੱਕ ਕਰਿਆ ਹੀ ਨਹੀਂ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਜੇ ਇਹ ਫਾਲਤੂ ਨਾਂ ਲਿਖਦਾ ਇਹਨਾਂ ਨੇ ਕਿਉਂ ਨਹੀਂ ਚੈੱਕ ਕਰੇ ਹੁਣ ਤਾਈਂ। ਅਸੀਂ ਇਹ ਕਹਿੰਦੇ ਹਾਂ ਵੀ ਇਹ ਸਾਰਾ ਜਿਹੜੀ ਸਰਕਾਰ ਦਾ ਪੈਸਾ ਹੜੱਪ ਰਿਹਾ, ਇਹਦੀ ਉਹ ਹੋਣੀ ਚਾਹੀਦੀ ਹੈ ਇਨਕੁਆਇਰੀ। ਜਦੋਂ ਹੀ ਨਰੇਗਾ ਸਾਡੇ ਚੱਲੀ ਹੈ, ਜਦੋਂ ਹੀ ਇਹ ਮੇਟ ਹੈ, ਸਾਰਾ ਰਿਕਾਰਡ ਕਢਾਉਣਾ ਚਾਹੀਦਾ। ਸਾਡੇ ਭਾਈ 1 ਸਾਲ ਦਾ ਹੀ ਰਿਕਾਰਡ ਹੈ, ਸਾਰਾ ਰਿਕਾਰਡ ਗੌਰਮੈਂਟ ਮੰਗਾਵੇ, ਮੰਗਾ ਕੇ ਅਤੇ ਅਸੀਂ MLA ਸਾਹਿਬ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਆਪਣਾ ਇਹਦਾ ਨਿਸਾਬ ਸਾਨੂੰ ਦਵਾਓ, ਜੋ ਇਹਨੂੰ ਸਜ਼ਾ ਬਣਦੀ ਹੈ ਸਜ਼ਾ ਦਵਾਓ, ਜੋ ਪੈਸਾ ਇਹ 'ਤੇ ਜਮ੍ਹਾਂ ਕਰਵਾਉਣਾ ਉਹ ਕਰਵਾਓ। ਇਹ ਜਿਹੜਾ ਇਹ 'ਤੇ ਪਰਚਾ ਬਣਦਾ ਹੈ, ਜੋ ਕਾਰਵਾਈ ਬਣਦੀ ਆ ਉਹ ਬਣਾਉਣੀ ਚਾਹੀਦੀ ਹੈ ਜੀ ਗੌਰਮੈਂਟ ਨੂੰ। ਮਾਮਲਾ ਸਾਡਾ ਮਤਲਬ ਨਰੇਗਾ 'ਚ ਵੱਧ ਨਾਉਣ ਸੰਬੰਧੀ ਜਿਹੜਾ ਮੇਟ ਹੈ ਗੁਰਬਚਨ ਸਿੰਘ, ਅੱਛਾ, ਪੁੱਤਰ ਸਿਆਮ ਸਿੰਘ, ਇਹਨੇ ਮਤਲਬ ਆਪਣੇ ਨਾਂ ਮਤਲਬ ਪਾ ਕੇ ਜੀ ਪੈਸੇ ਹੜੱਪ ਰਿਹਾ ਜੀ। ਇਹਨੇ 2 ਬੇਟੀਆਂ ਦੇ, ਆਪਣੇ ਘਰਦਿਆਂ ਦੇ, ਹਾਂਜੀ, 1 ਭਾਈ ਦਾ ਜੀ। ਇਹਨੇ ਮਤਲਬ 1 ਸਾਲ ਦੇ ਵਿੱਚ ਗੌਰਮੈਂਟ ਕਹਿੰਦੀ ਆ ਵੀ ਨਰੇਗਾ ਨੂੰ 100 ਦਿਨ ਹੈ ਜੀ, ਇਹ 300 ਦਿਨ ਪਾਈ ਫਿਰਦਾ ਜੀ, 250-300। ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਹਜੇ ਵੀ ਮਤਲਬ ਹਾਜ਼ਰੀਆਂ ਪਾ ਰਿਹਾ ਜੀ। BDO ਸਾਹਿਬ ਦੇ ਦਰਖਾਸਤ ਦਿੱਤੀ ਹੈ, ਉਹਦੀ ਕੋਈ ਸਾਨੂੰ ਮਤਲਬ ਉਹ ਨਹੀਂ ਹੋਇਆ ਜੀ, ਮਹਿਕਮੇ ਦੀ ਮਿਲੀ ਭੁਗਤ ਨਾਲੇ ਇਹ ਕੰਮ ਚੱਲ ਰਿਹਾ ਜੀ। ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹਦਾ ਮਤਲਬ ਜਿਹੜਾ ਰਿਕਾਰਡ ਹੈ ਜੀ, ਰਿਕਾਰਡ ਚੈੱਕ ਕਰਕੇ ਇਹਨੂੰ ਕਾਨੂੰਨੀ ਕਾਰਵਾਈ
ਹੋਣੇ ਚਾਹੀਦੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।